ਦੇ ਵਿੱਚ ਇੱਕ ਨਵਾਂ ਅਪਡੇਟ سامنے ਆ ਰਿਹਾ ਪੁਲਿਸ ਦੇ ਹੱਥ ਇੱਕ ਹੋਰ ਸੁਰਾਗ ਲੱਗਾ ਹੈ ਪੁਲਿਸ ਨੇ ਇੱਕ ਹੋਰ ਗ੍ਰਿਫਤਾਰੀ ਕੀਤੀ ਹੈ ਤੁਹਾਨੂੰ ਦੱਸਦੀ ਕਿ ਲਗਾਤਾਰ ਤਾਲ ਹਰਿਆਣਾ ਨਾਲ ਜੁੜਦੇ ਨਜ਼ਰ ਆ ਰਹੇ ਨੇ ਫਤਿਹਬਾਦ सोनीपत ਤੇ सिरसा ਦੇ ਵਿੱਚ ਪੁਲਿਸ ਦੀ ਰੇਡ ਲਗਾਤਾਰ ਜਾਰੀ ਹੈ ਉੱਥੇ ਜਿਹੜੇ ਲੀਡਸ ਮਿਲ ਰਿਹਾ ਨੇ ਪੁਲਿਸ ਉਹਨਾਂ ਦੀ ਭਾਲ ਕਰ ਰਹੀ ਹੈ ਔਰ ਪੁੱਛਗਿੱਛ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸਦੇ ਕਿ ਫਤਿਆ ਬਾਦ ਚੋ ਇੱਕ ਹੋਰ ਗ੍ਰਿਫਤਾਰੀ ਹੋਈ ਹੈ ਪਹਿਲੇ ਜੋ ਸ਼ਖਸ ਕਾਬੂ ਕੀਤੇ ਗਏ ਸੀ ਪੁਲਿਸ ਵੱਲੋਂ ਉਹਨਾਂ ਤੇ ਪੁੱਛਗਿੱਛ ਦੌਰਾਨ ਉਹਨਾਂ ਨੇ ਅਹਿਮ ਖੁਲਾਸੇ ਕੀਤੇ ਨੇ ਕਈ ਹੋਰ ਨਾਮ ਉਗਲੇ ਨੇ ਔਰ ਉਹਨਾਂ ਤੱਕ ਪੁਲਿਸ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਪੁਲਿਸ ਨੂੰ ਲਗਾਤਾਰ ਇਸ ਮਾਮਲੇ ਦੇ ਵਿੱਚ ਅਹਿਮ ਸੁਰਾਗ ਮਿਲਦੇ ਨਜ਼ਰ ਆ ਰਹੇ ਨੇ ਤਾਂ ਮੂਸੇਵਾਲਾ ਕਤਲकांड ਦੀ ਜਾਂਚ ਵਿੱਚ ਪੁਲਿਸ ਜੁਟੀ ਹੋਈ ਹੈ ਦਿਵਿੰਦਰ ਉਰਫ ਕਾਲਾ ਨੇ 16 ਤੇ 17 ਮਈ ਨੂੰ ਪੰਜਾਬ ਦੇ ਰਹਿਣ ਵਾਲੇ ਦੋ ਵਿਅਕਤੀਆਂ ਜਿਨ੍ਹਾਂ ਦੇ ਨਾਮ ਕੇਸ਼ਵ ਤੇ ਚਰਨਜੀਤ ਸਿੰਘ ਦੱਸਿਆ ਜਾ ਰਿਹਾ ਹੈ ਉਹਨਾਂ ਨੂੰ ਆਪਣੇ ਘਰ ਠਹਿਰਾਇਆ ਸੀ ਔਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਨਾਲ ਇਹਨਾਂ ਦੇ ਨਾਮ ਜੁੜਦੇ ਚਾਰ ਨੇ ਹਰਿਆਣਾ ਦਿੱਲੀਆਬਾਦ ਦੇ ਵਿੱਚ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਮੋਗਾ ਪੁਲਿਸ ਦੀ ਮਦਦ ਦੇ ਨਾਲ ਪਿੰਡ ਮੂਸਾਵਾਲੇ ਦੇ ਮੂਸੇਵਾਲੀ ਦੇ ਦਵਿੰਦਰ ਉਰਫ ਕਾਲਾ ਨੂੰ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਦੱਸਦੀ ਕਿ ਮੂਸੇਵਾਲਾ ਕਤਲ ਕਾਂਡ ਦੇ ਤੀਜੇ ਵਿਅਕਤੀ ਨੂੰ ਫਤਿਹਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਪਹਿਲੇ ਪੁਲਿਸ ਨੇ ਪਵਨ ਤੇ ਨਸੀਬ ਨੂੰ ਗ੍ਰਿਫਤਾਰ ਕੀਤਾ ਸੀ ਔਰ ਉਸ ਤੋਂ ਬਾਅਦ ਇਨਾ ਦੋਵਾ ਨੇ ਜੋ ਪੁੱਛਗਿੱਛ ਦੇ ਵਿੱਚ ਸਵਾਲਾਂ ਦਾ ਜਵਾਬ ਦਿੱਤਾ ਹੈ ਉਹਨਾਂ ਦੇ ਆਧਾਰ ਤੇ ਜੋ ਸੂਚਨਾ ਮਿਲੀ ਹੈ ਕਾਲੂ ਨਾਮਕ ਵਿਅਕਤੀ ਨੂੰ ਪੁਲਿਸ ਨੇ ਕਾਬੂ ਕੀਤਾ ਤੁਹਾਨੂੰ ਦੱਸਦੀ ਹੈ ਕਿ ਲਗਾਤਾਰ ਪੁਲਿਸ ਦੇ ਹੱਥ ਅਹਿਮ ਸੁਰਾਗ ਲੱਗੇ ਨੇ ਅਪਲੈਰੋ ਗੱਡੀ ਜੋ ਇਸ ਮਾਮਲੇ ਦੇ ਵਿੱਚ ਵਰਤੀ ਗਈ ਸੀ ਉਹ 25 ਮਈ ਨੂੰ ਫਤਿਹਬਾਦ ਦੇ ਰਤਿਆ ਚੌਂਕੀ ਰਾਹੀਂ ਹਾਂਸਾਪੁਰ ਤੋਂ ਪੰਜਾਬ ਲਈ ਆਈ ਗਈ ਸੀ ਇਹ ਗੱਡੀ ਤੋਹੀ ਮੂਸੇਵਾਲਾ ਕਤਲੇਆਮ ਦੀਆਂ ਤਾਰਾ ਪਹਿਲੇ ਫਤਿਹਬਾਦ ਫਿਰ ਸੋਨੀਪੱਤ ਤੇ ਫਿਰ ਸਰ ਨਾਲ ਜੁੜਦੇ ਨੇ ਬਲੈਰੋ ਸਵਾਰ ਬਦਮਾਸ਼ਾ ਨੇ ਮੂਸੇਵਾਲਾ ਦਾ ਪਿੱਛਾ ਕੀਤਾ ਅਤੇ ਕਤਲ ਸਮੇਂ ਵੀ ਗੱਡੀ ਕਾਤਲਾ ਦੇ ਕੋਲ ਹੀ ਸੀ ਤਾਂ ਪੰਜਾਬ ਦੀ ਮੋਗਾ ਪੁਲਿਸ ਦੀ ਟੀਮ ਨੇ ਸੀਆਈਏ ਫਤਿਹਬਾਦ ਪੁਲਿਸ ਨਾਲ ਮਿਲ ਕੇ ਬੀਤੀ ਰਾਤ ਪਿੰਡ ਮੂਸੇਵਾਲੀ ਵਿਚਾ ਛਾਪਾ ਮਾਰ ਕੇ ਇੱਕ ਨੌਜਵਾਨ ਜਿਸ ਦਾ ਨਾਮ ਦਵਿੰਦਰ ਦੱਸਿਆ ਜਾ ਰਿਹਾ ਹੈ ਗ੍ਰਿਫਤਾਰ ਕੀਤਾ ਪਰ ਆਪਣੇ ਨਾਂ ਲੈ ਗਏ ਨੇ ਮੁਸੇਵਾਲਾ ਕਤਲकांड ਵਿੱਚ ਜੁਟੀ ਪੁਲਿਸ ਨੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਦਵਿੰਦਰ ਉਰਫ ਕਾਲਾ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ 16 ਤੇ 17 ਮਈ ਨੂੰ ਪੰਜਾਬ ਦੇ ਰਹਿਣ ਵਾਲੇ ਦੋ ਵਿਅਕਤੀਆਂ ਜਿਨ੍ਹਾਂ ਦਾ ਨਾਮ ਕੇਸ਼ਵ ਤੇ ਚਰਨਜੀਤ ਸਿੰਘ ਦੱਸਿਆ ਜਾ ਰਿਹਾ ਹੈ ਉਹਨਾਂ ਨੂੰ ਆਪਣੇ ਘਰ ਠਹਿਰਾਇਆ ਸੀ ਔਰ ਇਹਨਾਂ ਦੋਵਾਂ ਦਾ ਨਾਮ ਹੀ ਸਿੱਧੂ ਮੁਸੇਵਾਲਾ ਕਤਲ ਕੇਸ ਦੇ ਵਿੱਚ ਸ਼ਾਮਿਲ ਦੱਸਿਆ ਜਾ ਰਿਹਾ ਹੈ ਔਰ ਇਸੀ ਸੂਚਨਾ ਨਸੀਬ ਨੇ ਫਤਿਆਬਾਦ ਤੋਂ ਹੀ ਪੁਲਿਸ ਨੂੰ ਦਿੱਤੀ ਸੀ ਦੱਸਿਆ ਜਾ ਰਿਹਾ ਹੈ ਕਿ ਨਸੀਬ ਬਲੇਰੋ ਕਾਰ ਰਾਜਸਥਾਨ ਦੇ रावत ਸਰ ਤੋਂ ਫਤਿਆਬਾਦ ਲੈ ਕੇ ਆਇਆ ਸੀ ਜਿਸ ਤੋਂ ਬਾਅਦ ਉਹ ਪੰਜਾਬ ਲਈ ਆਈ ਗਈ ਇੱਕ ਉਸਨੇ ਕਾਰ ਰਤਿਆਪੁਰ ਨੇੜੇ ਚਰਨਜੀਤ ਸਿੰਘ ਅਤੇ ਕੇਸ਼ਵ ਨੂੰ ਸੌਮ ਦਿੱਤੀ ਸੀ ਸੋਨੀ ਪੱਦਾ ਬਦਨਾਮ ਬਦਮਾਸ਼ ਪ੍ਰੇਵਰਤ ਫੌਜੀ ਉਸਦੇ ਸਾਥੀ ਅੰਕਿਤ ਜਾਟੀ ਸਿਰਸਾ ਵੀ ਉਸਦੇ ਨਾਲ ਹੀ ਕਾਰ ਦੇ ਵਿੱਚ ਸੀਓ 25 ਮਈ ਨੂੰ ਪੰਜਾਬ ਲਈ ਰਵਾਨਾ ਹੋਏ 20ਲਾ ਦੇ ਵਿੱਚ ਗੱਡੀ ਵਿੱਚ ਤੇਲ ਪਵਾਉਂਦੇ ਹੋਏ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੇ ਨੇ ਔਰ ਦੋਵਾਂ ਦੀ ਗ੍ਰਿਫਤਾਰੀ ਲਈ ਦੋਵਾਂ ਦੀ ਭਾਲ ਲਈ ਪੰਜਾਬ ਪੁਲਿਸ ਸੋਨੀਪੱਤ ਦੇ ਵਿੱਚ ਡੇਰਾ ਲਾ ਰਹੀ ਹੈ ਤੁਹਾਨੂੰ ਦੱਸਦੀ ਕਿ ਬਲੇਰੋ ਗੱਡੀ ਦੇ ਵਿੱਚ ਡੀਜ਼ਲ ਪਵਾਉਂਦੇ ਹੋਏ ਪੈਟਰੋਲ ਪੰਪ ਤੇ ਤਸਵੀਰਾਂ ਕੈਦ ਹੋਈਆਂ ਸੀ ਔਰ ਇਹ ਸੋਨੀਪੱਤ ਦੇ ਦੋ ਬਦਮਾਸ਼ ਦੱਸੇ ਜਾ ਰਹੇ ਸੀ ਜਿਨ੍ਹਾਂ ਦੀ ਭਾਲ ਪੁਲਿਸ ਕਰ ਰਹੀ ਹੈ ਸਿਰਸਾ ਤੱਕ ਵੀ ਪੁਲਿਸ ਪਹੁੰਚਦੀ ਹੈ ਜਿੱਥੋਂ ਦੀ ਲੀਡ ਮਿਲਦੀ ਕਿ ਉੱਥੇ ਵੀ ਇੱਕ ਨੌਜਵਾਨ ਜੋ ਰੇਕੀ ਦੇ ਵਿੱਚ ਸ਼ਾਮਿਲ ਸੀ ਉਹ ਸਿਰਸੇ ਦਾ ਰਹਿਣ ਵਾਲਾ ਹੈ ਪਰ ਜਦੋਂ ਉੱਥੇ ਪੁਲਿਸ ਪਹੁੰਚਦੀ ਹੈ ਤੇ ਪਤਾ ਲੱਗਦਾ ਹੈ ਕਿ ਡੇਢ ਸਾਲ ਤੋਂ ਉਹ ਆਪਣੇ ਘਰ ਨਹੀਂ ਰਹਿ ਰਿਹਾ ਪਰ ਫੈਮਿਲੀ ਮੈਂਬਰਾ ਔਰ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਔਰ ਪੂਰੀ ਇਹ ਘਟਨਾ ਕਿਸ ਤਰ੍ਹਾਂ ਕੜੀ ਗਈ ਸੀ ਕਾਫੀ ਚਿਰ ਤੋਂ ਪੂਰੀ ਪਲੈਨਿੰਗ ਚੱਲ ਰਹੀ ਸੀ 25 ਮਈ ਨੂੰ ਰਾਜਸਥਾਨ ਤੋਂ ਗੱਡੀ ਲਿਆਂਦੀ ਗਈ ਸੀ ਪੰਜਾਬ ਦੇ ਵਿੱਚ ਔਰ ਇਸ ਦੇ ਵਿੱਚ ਵੀ ਕਈ ਵਿਅਕਤੀ ਸ਼ਾਮਿਲ ਨੇ ਤ Rajasthan ਤੋਂ ਗੱਡੀ ਲਿਆਂਦੀ ਜਾਂਦੀ ਹੈ ਔਰ ਪੰਜਾਬ ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਬਲੇਰੋ ਕਾਰ ਜਦੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਇਸ ਕਤਲ ਦੇ ਵਿੱਚ ਵੀ ਬਲੇਰੋ ਕਾਰ ਦੀ ਵਰਤੋਂ ਕੀਤੀ ਜਾਂਦੀ ਹੈ ਤਫਤੀਆਬਾਦ ਦੇ ਰੱਤਿਆ ਚੌਕੀ ਰਾਹੀਂ ਹਾਸਾਪੁਰ ਤੋਂ ਪੰਜਾਬ ਇੱਕ ਗੱਡੀ ਲਿਆਈ ਗਈ ਸੀ ਤਾਂ ਪੂਰੇ ਤਰੀਕੇ ਦੇ ਨਾਲ ਪਲਾਨਿੰਗ ਕੀਤੀ ਹੋਈ ਸੀ ਔਰ ਕਾਫੀ ਚਿਰ ਤੋਂ ਸਿੱਧੂ ਮੂਸੇਵਾਲੇ ਦਾ ਪਿੱਛਾ ਵੀ ਕੀਤਾ ਜਾ ਰਿਹਾ ਸੀ ਤੁਹਾਨੂੰ ਦੱਸਦੇ ਕਿ ਹੁਣ ਇਸ ਮਾਮਲੇ ਦੇ ਵਿੱਚ ਤੀਜੀ ਗ੍ਰਿਫਤਾਰੀ ਹੋਈ ਹੈ ਪੁਲਿਸ ਨੇ ਹਰਿਆਣਾ ਦੇ ਫਤਿਹਪੁਰਬਾਦ ਦੇ ਵਿੱਚ ਛਾਪੇਮਾਰੀ ਕੀਤੀ ਔਰ ਲਗਾਤਾਰ ਸਿੱਧੂ ਮੂਸੇਵਾਲਾ ਦੇ ਕਤਲ ਕਾਰਨ ਦੇ ਵਿੱਚ ਹਰਿਆਣਾ ਨਾਲ ਤਾਰ ਜੁੜਦੇ ਨਜ਼ਰ ਆ ਰਹੇ ਨੇ